ਗ੍ਰਾਹਕਾਂ ਨੇ ਠੱਗੀਆਂ ਦਾ ਇੱਕ ਅਜਿਹਾ ਰਾਹ ਲੱਭਿਆ ਜਿਸ ਤੋਂ ਬੈਂਕ ਵਾਲੇ ਵੀ ਬੇਖਬਰ ਨੇ। ਇੰਨੀ ਚਲਾਕੀ ਨਾਲ ਤੁਹਾਨੂੰ ਠੱਗਿਆ ਜਾਵੇਗਾ ਕਿ ਤੁਹਾਨੂੰ ਪਿੰਡ ਤੱਕ ਨਹੀਂ ਲੱਗਣੀ। ਅਜਿਹੀ ਇੱਕ ਵੱਡੀ ਠੱਗੀ ਦਾ ਸ਼ਿਕਾਰ ਹੋਏ ਨੇ ਇਹ ਬਾਈ ਜੀ। ਚੰਗੇ ਪੜ੍ਹੇ ਲਿਖੇ ਅਤੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਦੇ ਬਾਵਜੂਦ ਵੀ ਇਹ ਠੱਗਾਂ ਦੀ ਚਾਲ ਵਿੱਚ ਆ ਗਏ। ਠੱਗਾਂ ਨੇ ਇੰਨੀ ਚਲਾਕੀ ਦਿਖਾਈ ਕਿ ਇੱਕ ਮੈਸੇਜ ਨੂੰ ਦੇਖਣਾ ਹੀ ਇਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਗਿਆ। ਜਦੋਂ ਵਿਅਕਤੀ ਬੈਂਕ ਵਾਲਿਆਂ ਕੋਲ ਪਹੁੰਚਿਆ ਤਾਂ ਨਵੇਂ ਤਰੀਕੇ ਦੀ ਠੱਗੀ ਦੇਖ ਬੈਂਕ ਵਾਲੇ ਵੀ ਹੱਕੇ ਬੱਕੇ ਰਹਿ ਗਏ। ਜੀ ਹਾਂ, ਜੇਕਰ ਤੁਹਾਨੂੰ ਵੀ ਅਜਿਹਾ ਮੈਸੇਜ ਆਉਂਦਾ ਤਾਂ ਭੁੱਲ ਕੇ ਵੀ ਇਹ ਗਲਤੀ ਨਾ ਕਰ ਲਿਓ ਜੋ ਇਸ ਵਿਅਕਤੀ ਨੇ ਕੀਤੀ ਆ। ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਇਸੇ ਵਿਅਕਤੀ ਦੀ ਜ਼ੁਬਾਨੀ ਸੁਣਾਉਂਦੇ ਹਾਂ। ਮੈਂ ਕ੍ਰਿਸ਼ਨ ਕੁਮਾਰ ਸ਼ਰਮਾ, ਵਾਰਡ ਨੰਬਰ 15, ਰੂਪਨਗਰ, ਗਿੱਦੜਵਾ ਮੰਡੀ, ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਅਤੇ ਮੇਰੇ ਨਾਲ HDFC ਬੈਂਕ ਦੇ ਵਿੱਚ 2 ਲੱਖ ਰੁਪਏ ਦਾ ਫਰਾਡ ਹੋਇਆ ਹੈ। ਇਹ ਫਰਾਡ ਜਿਹੜਾ ਹੈਗਾ ਵੀ ਮੈਂ ਜਦੋਂ ਮੈਨੂੰ ਮੋਬਾਈਲ ਦੇ ਉੱਤੇ ਮੈਸੇਜ ਆਇਆ ਵੀ 2 ਲੱਖ ਰੁਪਏ ਤੇਰੇ ਅਕਾਊਂਟ ਦੇ ਵਿੱਚੋਂ ਨਿਕਲ ਗਏ 29 ਤਰੀਕ ਨੂੰ, ਤਾਂ ਮੈਂ ਬੈਂਕ ਦੇ ਵਿੱਚ ਗਿਆ ਵੀ ਮੇਰੇ 2 ਲੱਖ ਰੁਪਏ ਜਿਹੜੇ ਬੈਂਕ ਦੇ ਵਿੱਚੋਂ ਨਿਕਲ ਚੁੱਕੇ ਆ ਅਤੇ ਇਹਨਾਂ ਨੂੰ ਰੋਕਿਆ ਜਾਵੇ ਜਿੱਥੇ ਵੀ ਗਏ ਆ। ਉਸ ਤੋਂ ਪਹਿਲਾਂ ਮੈਨੂੰ ਇੱਕ 26 ਤਰੀਕ ਨੂੰ ਮੈਸੇਜ ਆਇਆ ਸੀਗਾ ਮੋਬਾਈਲ ਦੇ ਉੱਤੇ ਵੀ ਤੇਰੇ ਇੰਨੀ 2 ਲੱਖ ਰੁਪਏ ਦਾ ਕ੍ਰੈਡਿਟ ਕਾਰਡ ਦਾ ਬਿੱਲ ਬਕਾਇਆ। ਉਹ ਕ੍ਰੈਡਿਟ ਕਾਰਡ ਜਿਹੜਾ ਹੈਗਾ ਮੇਰੇ ਮੋਬਾਈਲ ਦੇ ਵਿੱਚ ਹੈ, ਜਦੋਂ ਕਿ ਮੇਰੇ ਕੋਲ ਕੋਈ ਕਿਸੇ ਕਿਸਮ ਦਾ ਕ੍ਰੈਡਿਟ ਕਾਰਡ ਨਹੀਂ ਸੀਗਾ। ਅਤੇ ਮੈਂ ਬੈਂਕ ਵਾਲਿਆਂ ਨੂੰ ਇਹ ਮੈਸੇਜ 27 ਤਰੀਕ ਨੂੰ ਦਿਖਾ ਕੇ ਆਇਆ ਅਤੇ ਉਹ ਬੈਂਕ ਵਾਲਿਆਂ ਨੇ ਮੇਰੀ ਇੱਕ ਵੀ ਨਹੀਂ ਸੁਣੀ ਅਤੇ ਕਹਿੰਦੇ ਵੀ ਇਹ ਤਾਂ ਫਰਾਊਡ ਮੈਸੇਜ ਹੁੰਦੇ ਆ, ਇਹਨਾਂ ਨਾਲ ਤੇਰੇ ਪੈਸੇ ਨਹੀਂ ਨਿਕਲਦੇ, ਤੈਨੂੰ ਬੇਫਿਕਰ ਰਹਿ, ਤੂੰ ਕੁਛ ਨਹੀਂ ਹੁੰਦਾ ਗਾ। ਅਤੇ 29 ਤਰੀਕ ਨੂੰ ਜਦੋਂ ਮੈਨੂੰ ਫਿਰ ਮੈਸੇਜ ਆ ਗਿਆ 2 ਲੱਖ ਰੁਪਏ ਵੀ ਤੇਰੇ ਅਕਾਊਂਟ ਦੇ ਵਿੱਚੋਂ ਨਿਕਲ ਚੁੱਕੇ ਅਤੇ ਮੈਂ ਬੈਂਕ ਦੇ ਵਿੱਚ ਗਿਆ, ਉਹ ਆਪਦਾ ਮੋਬਾਈਲ ਲੈ ਕੇ ਉਹਨਾਂ ਨੂੰ ਦਿਖਾਇਆ ਵੀ ਮੇਰੇ 2 ਲੱਖ ਰੁਪਏ ਨਿਕਲ ਗਏ ਅਤੇ ਤੁਸੀਂ ਇਹਦੇ 'ਤੇ ਕੋਈ ਕਾਰਵਾਈ ਕਰੋ। ਅਤੇ ਜਿਸ ਦੇ ਸੰਬੰਧੀ ਮੈਂ ਇੱਕ ਦਰਖਾਸਤ ਬੈਂਕ ਮੈਨੇਜਰ ਨੂੰ ਦਿੱਤੀ ਕਿ ਦੜਵਾ ਮੰਡੀ ਦੇ ਵਿੱਚ, ਕਿਉਂਕਿ ਮੇਰਾ ਕਾਫੀ ਸਮੇਂ ਤੋਂ ਇੱਥੇ ਅਕਾਊਂਟ ਦੇ ਵਿੱਚ ਲੈਣ ਦੇਣ ਚੱਲ ਰਿਹਾ ਸੀਗਾ ਅਤੇ ਉਹਨਾਂ ਨੇ ਮੇਰੀ ਇਸ ਐਪਲੀਕੇਸ਼ਨ ਦੇ ਉੱਤੇ ਕੋਈ ਸੁਣਵਾਈ ਨਹੀਂ ਕੀਤੀ। ਸ਼ਾਮ ਨੂੰ 6 ਵਜੇ ਤੱਕ ਇਕੱਲਾ ਮੇਰਾ ਅਕਾਊਂਟ ਹੈ ਜਿਹੜਾ ਉਹਨਾਂ ਨੇ ਨੋ ਡੈਬਿਟ ਕਰਤਾ, ਜਦੋਂ ਕਿ ਜਿਸ ਅਕਾਊਂਟ ਦੇ ਵਿੱਚ ਪੈਸੇ ਗਏ ਸੀਗੇ ਉਹ ਅਕਾਊਂਟ ਵੀ ਉਹਨਾਂ ਨੂੰ ਨੋ ਡੈਬਿਟ ਕਰਨਾ ਬਣਦਾ ਸੀਗਾ, ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ 29 ਤਰੀਕ ਨੂੰ, ਸਿਰਫ ਮੇਰੇ ਅਕਾਊਂਟ ਨੇ ਨੋ ਡੈਬਿਟ ਕੀਤਾ। 30 ਤਰੀਕ ਨੂੰ ਮੈਂ SSP ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੇ ਜਾ ਕੇ ਪੇਸ਼ ਹੋਇਆ ਅਤੇ ਉਹਨਾਂ ਨੂੰ ਆਪਣਾ ਦੁੱਖ ਦੱਸਿਆ ਵੀ ਮੇਰੇ ਇਸ ਤਰ੍ਹਾਂ ਕਰਕੇ ਪੈਸੇ ਬੈਂਕ ਦੇ ਵਿੱਚੋਂ ਨਿਕਲ ਚੁੱਕੇ ਆ। ਅਤੇ ਉਹਨਾਂ ਨੇ ਜਿਹੜਾ ਮੇਰੀ ਐਪਲੀਕੇਸ਼ਨ ਨਾਲ ਦੀ ਨਾਲ ਜਿਹੜੀ ਹੈਗੀ ਸਾਈਬਰ ਬ੍ਰਾਂਚ ਵਾਲਿਆਂ ਨੂੰ ਮਾਰਕ ਕਰਤੀ ਅਤੇ ਉਹਨਾਂ ਨੇ ਇਮੀਜੈਂਟਲੀ ਫਿਰ ਇਹਨਾਂ ਨੂੰ 30 ਤਰੀਕ ਨੂੰ ਜਿਹੜੀਆਂ ਮੇਲਾਂ ਕੱਢੀਆਂ ਵੀ ਇਹਦੇ ਵੀ ਨੋਟਸ ਕੱਢੇ, ਅਕਾਊਂਟ ਦੇ ਬਾਰੇ ਪਤਾ ਕੀਤਾ ਜਾਵੇ 2 ਲੱਖ ਰੁਪਏ ਕਿਵੇਂ ਨਿਕਲੇ ਆ। ਪਰ ਇਹਨਾਂ ਨੇ ਬੈਂਕ ਵਾਲਿਆਂ ਨੇ ਮੇਰੀ ਕੋਈ ਹੈਲਪ ਨਹੀਂ ਕੀਤੀ। ਮੈਂ 30 ਤਰੀਕ ਨੂੰ ਵੀ ਗਿੱਦੜਵਾ ਬ੍ਰਾਂਚ ਦੇ ਵਿੱਚ ਗਿਆ, ਮੁਕਤਸਰ ਬ੍ਰਾਂਚ ਦੇ ਵਿੱਚ ਵੀ ਗਿਆ, ਇਹਨਾਂ ਨੇ ਕੋਈ ਮੇਰੀ ਕਿਸੇ ਕਿਸਮ ਦੀ ਸੁਣਵਾਈ ਨਹੀਂ ਕੀਤੀ। 31 ਤਰੀਕ ਨੂੰ ਫਿਰ ਇਹਨਾਂ ਨੇ ਮੈਨੂੰ, ਜਦੋਂ ਮੈਂ ਇਹਨਾਂ ਕੋਲੋਂ ਗਿਆ ਜਾ ਕੇ ਵੀ ਥੋੜ੍ਹਾ ਜਿਹਾ ਕਿਹਾ ਵੀ ਮੈਂ ਇਹ ਕਰਕੇ ਮੇਰਾ ਨੁਕਸਾਨ ਜ਼ਿਆਦਾ ਹੋ ਗਿਆ, ਤੁਸੀਂ ਕਾਰਵਾਈ ਨਹੀਂ ਕਰਦੇ, ਮੈਂ ਤੁਹਾਡੇ 'ਤੇ ਵੀ ਕੋਈ ਕਾਰਵਾਈ ਕਰੂੰਗਾ। ਫਿਰ ਇਹਨਾਂ ਨੇ ਮੇਰੀ ਜਿਹੜੀ ਕੰਪਲੇਂਟ ਦਰਜ ਕਰਾਈ ਹੈ 30 ਤਰੀਕ ਨੂੰ, ਉਹ ਕੰਪਲੇਂਟ ਦੀ ਕਾਪੀ ਮੇਰੇ ਕੋਲ ਹੈਗੀ ਆ, ਮੈਂ ਕਾਪੀ ਇਹਨਾਂ ਤੋਂ ਵੀ ਲੈ ਲਈ ਸੀ, ਆਪਦੀ ਕਢਾ ਲਈ ਸੀਗੀ। ਅਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਮੈਂ ਹੁਣ ਜਦੋਂ ਵੀ ਬੈਂਕ ਦੇ ਵਿੱਚ ਜਾਂਦਾ ਅਤੇ ਮੈਨੂੰ ਕੋਈ ਨਿਆਂ ਨਹੀਂ ਦਿੱਤਾ ਜਾਂਦਾ। ਜਦੋਂ ਮੇਰੇ ਇਹਨਾਂ ਨੇ ਪੈਸੇ 29 ਤਰੀਕ ਨੂੰ ਡਰਾ ਕੀਤੇ ਅਕਾਊਂਟ ਦੇ ਵਿੱਚੋਂ, ਮੇਰੇ ਅਕਾਊਂਟ ਦੇ ਵਿੱਚ ਸਿਰਫ 11,103.07 ਰੁਪਏ ਸੀ ਅਤੇ ਇਹਨਾਂ ਨੇ 2 ਲੱਖ ਰੁਪਈਆ ਉਸ ਪਾਰਟੀ ਨੂੰ ਜਿਹੜੀ ਵੀ ਸੀਗੀ ਫਰਾਡ ਕਰਨ ਵਾਲੀ ਜਾਂ ਬੈਂਕ ਸੀਗਾ, ਕ੍ਰੈਡਿਟ ਕਾਰਡ ਤਾਂ ਅਸਲ ਮੈਂ ਬੈਂਕ ਦਾ ਹੀ ਹੁੰਦਾ, ਐਕਸੈਸ ਬੈਂਕ ਦਾ ਸੀ ਕ੍ਰੈਡਿਟ ਕਾਰਡ, ਉਹ ਜਿਸ ਦਾ ਨੰਬਰ ਸੀਗਾ 5208, ਅਤੇ ਉਹ ਕ੍ਰੈਡਿਟ ਕਾਰਡ ਜਦੋਂ ਕਿ ਮੇਰਾ ਬਣਿਆ ਹੀ ਨਹੀਂਗਾ ਉਹਨਾਂ ਨੂੰ ਇਹਨਾਂ ਨੇ ਪੇ ਕਰਤੇ। ਉਹ ਜਿਹੜੀ ਮੇਰੀ ਰਕਮ ਹੈਗੀ ਹੈ ਮੈਨੂੰ ਪਤਾ ਲੱਗਿਆ ਕਿ ਬੰਬੇ ਤੋਂ ਹੀ ਪੇ ਹੋਈ ਹੈ, ਬੰਬੇ ਬ੍ਰਾਂਚ ਦੇ ਵਿੱਚੋਂ। ਉੱਥੇ ਇੱਕ ਰਸ਼ਮੀ ਸ਼ੇਖ ਨਾਂ ਦੀ ਹੈਗੀ ਹੈ ਕਲਰਕ, ਉਹਦੇ ਥਰੂ ਜਿਹੜੀ ਹੈ ਮੇਰੀ ਰਕਮ ਹੋਈ ਹੈਗੀ ਹੈ ਅਤੇ ਉਹਦਾ ਮੇਰੇ ਕੋਲ ਆਹ ਨੰਬਰ ਵਗੈਰਾ ਸਾਰਾ ਕੁਛ ਜਿਹੜਾ ਮੈਂ ਲੈ ਚੁੱਕਿਆ ਹੈਗਾ ਵੀ ਜਿੱਥੇ ਹੋਈ ਹੈ। ਪਰ ਕਿ ਦੜਵਾ ਬ੍ਰਾਂਚ ਮੈਨੇਜਰ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈਗਾ ਅਤੇ ਨਾ ਹੀ ਮੈਨੂੰ ਦੱਸ ਰਿਹਾ ਵੀ ਤੇਰੇ ਪੈਸੇ ਕਿੱਥੇ ਗਏ ਕਿੱਥੇ ਨਹੀਂ ਗਏ। ਇਹ ਗਿੱਦੜਵਾ ਦੇ ਵਿੱਚ ਜਿਹੜਾ ਹੈਗਾ ਵਿਸ਼ਾਲ ਕੌਂਸਲ ਨਾਂ ਦਾ HDFC ਬੈਂਕ ਇੰਚਾਰਜ ਹੈ ਅਤੇ ਇਹਨਾਂ ਨੇ ਵੀ ਮੈਨੂੰ, ਹੁਣ ਮੈਂ ਇਹਨੂੰ ਦੁਬਾਰਾ ਜਦੋਂ ਪੁੱਛਿਆ 1 ਤਰੀਕ ਨੂੰ ਵੀ ਮੇਰੇ ਤੁਸੀਂ ਕੋਈ ਕਾਰਵਾਈ ਕਰੋ, ਅਤੇ ਮੈਨੂੰ ਕਹਿੰਦਾ ਕੋਈ ਨਹੀਂ ਮੇਲ ਪਾ ਤੀ ਆ ਜੂਗੀ ਅਤੇ ਤੂੰ ਜਾ। ਅਤੇ ਮੈਂ ਉੱਥੋਂ ਇੰਨੇ ਦਿਨ ਹੋਏ ਪਰੇਸ਼ਾਨ ਹੋ ਕੇ ਆ ਰਿਹਾ ਹੈਗਾ ਅਤੇ ਮੈਂ ਬਹੁਤ ਦੁਖੀ ਹੈ, ਮੇਰਾ 2 ਲੱਖ ਰੁਪਈਆ ਨਿਕਲਣ ਕਰਕੇ ਮਨ ਪਰੇਸ਼ਾਨ ਹੈ। ਅਤੇ ਜਿਹੜੇ ਗੈਂਗਸਟਰ, ਇਹ ਕਹਿੰਦੇ ਨੇ ਗੈਂਗਸਟਰ ਹੈਗੇ ਸੜਕਾਂ ਦੇ ਉੱਤੇ, ਗੈਂਗਸਟਰ ਤਾਂ ਬੈਂਕਾਂ ਦੇ ਵਿੱਚ ਬੈਠੇ ਆ ਜਿਹੜੇ ਕੰਮ ਕਰ ਰਹੇ ਆ,
ਵਿਸ਼ਾਲ ਕੌਂਸਲ ਅਰਗੇ ਲਾ ਲਓ, ਪੁੱਛ ਲਾ ਲਓ, ਇਹ ਸਭ ਇੱਕ ਰਲੇ ਮਿਲੇ ਸਾਜ਼ਿਸ਼ ਕਰਦਾ ਹੈਗੇ ਆ। ਮੈਂ ਇਹ ਸਰਕਾਰ ਨੂੰ ਬੇਨਤੀ ਕਰਦਾ ਵੀ ਐਕਸਿਸ ਬੈਂਕ ਹੈ ਜਿਹੜੀ, ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਐਕਸਿਸ ਬੈਂਕ ਦਾ ਜਿਹੜਾ ਹੈਗਾ ਲਾਇਸੈਂਸ ਰੱਦ ਹੋਣਾ ਚਾਹੀਦਾ, ਕਿਉਂਕਿ ਜਿੰਨੇ ਫਰਾਡ ਹੁੰਦੇ ਆ ਉਸ ਬੈਂਕ ਦੇ ਥਰੂ ਹੁੰਦੇ ਆ। ਅਤੇ ਮੇਰੇ ਜੇ ਪੈਸੇ ਹੈਗੇ ਮੇਰੇ ਅਕਾਊਂਟ ਦੇ ਵਿੱਚ ਵਾਪਸ ਲਿਆਉਣ ਦੀ ਖੇਚਲ ਕੀਤੀ ਜਾਵੇ, ਕਿਉਂਕਿ ਮੇਰੇ ਮਿਹਨਤ ਦੇ ਪੈਸੇ ਆ ਸਾਰੇ।